ਮਾਰਕਾ ਜੀ ਸਾਰੀ ਫੈਮਿਲੀ ਨੂੰ ਕਿ ਆਪਣੇ ਕੋਲ ਅੱਜ ਜੋ ਸਰ ਉਹਨਾਂ ਨੇ ਦੋ ਕਾਰ ਪਰਚੇਜ਼ ਕੀਤੀਆਂ ਜੀ ਇੱਕ ਮੈਮ ਨੇ ਵੀ ਜਿੱਦਾਂ ਕਿ ਰੇਨੋਲਡ ਦੀ ਟ੍ਰਾਈਬਰ ਐਂਡ ਰੇਨੋਲਡ ਦੀ ਕਵਿਡ ਜੀ ਜੋ ਕਿ ਬਹੁਤ ਵਧੀਆ ਕਾਰਾਂ ਬਾਕੀ ਸਰ ਤੋਂ ਰਿਵਿਊਜ਼ ਆਪਾਂ ਲਵਾਂਗੇ ਜੀ ਕਿੱਦਾਂ ਪਤਾ ਚੱਲਿਆ ਸੀਗਾ ਔਰ ਕਿੱਦਾਂ ਦੀਆਂ ਸਾਡੀਆਂ ਕਾਰਾਂ ਲੱਗੀਆਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਮੁਬਾਰਕਾਂ ਸਭ ਤੋਂ ਲੱਗ ਤੁਹਾਨੂੰ ਜੀ ਸਭ ਤੋਂ ਵਧੀਆ ਮੁਬਾਰਕਾਂ ਜੀ ਇੱਕ ਲੈਣ ਆਏ ਸੀਗੇ ਦੋ ਲੈ ਕੇ ਚੱਲੇ ਹਾਂ ਜੀ ਬਿਲਕੁਲ ਸਰ ਅਤੇ ਇਹ ਜੀ ਸਾਨੂੰ ਨੈੱਟ ਤੋਂ ਹੀ ਖੋਲਿਆ ਸੀਗਾ ਅਤੇ ਪਤਾ ਲੱਗਾ ਸੀਗਾ ਕਿ ਭੰਡਾਰੀ ਕਾਰ ਬਾਜ਼ਾਰ ਦੇ ਵਿੱਚ ਬਹੁਤ ਵਧੀਆ ਗੱਡੀਆਂ ਮਿਲਦੀਆਂ ਨੇ ਜੀ ਹਾਂਜੀ ਅਤੇ ਸਾਫ਼ ਅਤੇ ਸੁਥਰੀਆਂ ਗਰੰਟੀਦਾਰ ਗੱਡੀਆਂ ਹੁੰਦੀਆਂ ਨੇ ਬਿਲਕੁਲ ਅਤੇ ਅਸੀਂ ਭਾਅ ਜੀ ਆਏ ਸੀ ਇੱਕ ਦਿਨ ਪਹਿਲਾਂ ਅਤੇ ਆਪਣਾ ਗੱਡੀ ਕੀਤੀ ਸੀ ਬੁੱਕ ਹਾਂਜੀ ਅਤੇ ਅੱਜ ਭਾਅ ਜੀ ਅਸੀਂ ਲੈਣ ਆਏ ਹਾਂ ਅਤੇ ਨਾਲ ਹੀ ਸਾਡਾ ਮਨ ਬਣ ਗਿਆ ਵੀ ਇੱਕ ਹੋਰ ਲੈ ਚਲੀਏ ਬਿਲਕੁਲ ਅਤੇ ਅਸੀਂ ਜੀ ਉਹ ਵੀ ਪਸੰਦ ਕਰ ਲਈਏ ਭਾਅ ਜੀ ਹੋਰਾਂ ਨੂੰ ਕਿਹਾ ਕੋਈ ਚੱਕਰ ਨਹੀਂ ਤੁਸੀਂ ਆਪਣਾ ਗੱਡੀ ਖੜੋ ਆਪਾਂ ਤੁਹਾਡੇ ਨਾਲ ਬੈਠੇ ਹਾਂ ਖੜੇ ਹਾਂ ਕੋਈ ਚੱਕਰ ਨਹੀਂ ਹੈਗਾ ਪਰ ਕਿੰਨੇ ਟਾਈਮ 'ਚ ਡੀਲ ਕੀਤੀ ਤੁਸੀਂ ਇਹ ਭਾਅ ਜੀ ਅਸੀਂ ਤਿੰਨਾਂ ਦਿਨਾਂ 'ਚ ਡੀਲ ਹਾਂਜੀ ਹਾਂਜੀ ਬਿਲਕੁਲ ਅਤੇ ਇਹ ਜਿਹੜੀ ਆਹ ਗੱਡੀ ਲਈਏ ਤਾਂ ਜੀ ਆਪਾਂ ਅੱਧੇ ਘੰਟੇ ਜੀ ਕਰਤਾ ਜੀ ਹਾਂਜੀ ਬਿਲਕੁਲ ਅੱਧੇ ਘੰਟੇ ਜਾਂ ਬਾਕੀ ਬਹੁਤ ਵਧੀਆ ਜੀ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਕਾਰਾਂ ਜਿੱਦਾਂ ਵੀਡੀਓ 'ਚ ਦੇਖਦੇ ਸੀਗੇ ਮੈਂ ਕਿਹਾ ਜੀ ਜਿੱਦਾਂ ਵੀਡੀਓ ਦੇਖਦੇ ਸੀ ਉਹਦੇ ਨਾਲ ਵੀ ਵੱਧ ਹੀ ਆ ਹਾਂਜੀ ਹਾਂ ਜੀ ਬਾਕੀ ਉਹ ਤਾਂ ਹੁਣ ਉਸ ਵਾਸਤੇ ਪਰਮਾਤਮਾ ਦੇ ਹੱਥ ਵਾਸਤੇ ਸਭ ਬਿਲਕੁਲ ਬਿਲਕੁਲ ਸਰ ਬਿਲਕੁਲ ਬਾਕੀ ਇਹ ਤਾਂ ਅਸੀਂ ਲੈ ਕੇ ਚੱਲੇ ਇੱਕ ਲੈ ਕੇ ਚੱਲੇ ਦੋ ਇੱਕ ਸਾਡਾ ਬ੍ਰਦਰ ਅੱਜ ਮੈਰਿਜ 'ਤੇ ਗਏ ਆ ਹਾਂਜੀ ਉਹ ਵੀ ਸਾਡੇ ਨਾਲ ਆਉਂਦਾ ਆਪਾਂ ਤੀਜੀ ਵੀ ਚੱਕ ਲੈਣੀ ਸੀ ਅੱਜ ਅੱਛਾ ਜੀ ਹਾਂ ਅਤੇ ਉਹਨਾਂ ਨੇ ਕਿਹਾ ਕਿ ਇੱਕ ਇਹਦੇ ਨਾਲ ਦੀ ਇੱਕ ਗੱਡੀ ਹੋਰ ਸਾਨੂੰ ਲਿਆ ਕੇ ਦਿਓ ਬਿਲਕੁਲ ਸਰ ਅਤੇ ਬਾਕੀ ਉਹ ਆਣ ਕੇ ਚਲਾਉਣਗੇ ਫਿਰ ਦੱਸਣਗੇ ਤੁਹਾਨੂੰ ਰਿਜ਼ਲਟ ਸਾਰਾ ਉਹਦਾ ਵਧੀਆ ਜੀ ਆਪਾਂ ਅਤੇ ਹੋਰ ਸਟਾਕ ਕਿੱਦਾਂ ਦਾ ਲੱਗਾ ਸਾਡਾ ਬਾਕੀ ਕਾਰਾਂ ਵੀ ਦੇਖੀਆਂ ਹੋਣੀਆਂ ਹਾਂ ਬਾਕੀ ਸਭ ਕੁਝ ਤੁਹਾਡੇ ਕੋਲ ਸਾਰਾ ਸਿਸਟਮ ਹੈਗਾ ਜੀ ਸਾਰੀਆਂ ਹੀ ਗੱਡੀਆਂ ਹੈਗੀਆਂ ਤੁਹਾਡੇ ਕੋਲ ਹਾਂਜੀ ਬਾਕੀ ਕਿਸੇ ਚੀਜ਼ ਦੀ ਘਾਟ ਨਹੀਂ ਬਹੁਤ ਵਧੀਆ ਸਟੋਰ ਲੱਗਾ ਸਾਨੂੰ ਚਲੋ ਡੀਲ ਵੀ ਬਹੁਤ ਵਧੀਆ ਤੁਹਾਡੀ ਸਭ ਨੇਚਰ ਵੀ ਹਰ ਇੱਕ ਚੀਜ਼ ਵੱਲੋਂ ਵਧੀਆ ਜੀ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਕਹਾਂਗਾ ਕਿ ਜਦੋਂ ਵੀ ਕਿਸੇ ਨੇ ਗੱਡੀ ਖਰੀਦਣੀ ਹੈ ਭੰਡਾਰੀ ਕਾਰ ਬਾਜ਼ਾਰ ਦੇ ਵਿੱਚ ਆਉਣ ਹਾਂਜੀ ਅਤੇ ਆਪਣਾ ਸਭ ਤੋਂ ਵਧੀਆ ਡੀਲ ਕਰਦੇ ਸਭ ਤੋਂ ਵਧੀਆ ਜਿੱਦਾਂ ਕਹੀ ਉੱਦਾਂ ਹੀ ਮੰਨ ਗਏ ਚਲੋ ਮੁਬਾਰਕ ਰੇਟ ਵੀ ਵਧੀਆ ਹਾਂਜੀ ਤੁਸੀਂ ਮੈਮ ਕੀ ਕਹਿਣਾ ਚਾਹੁੰਦੇ ਹੋ ਓਕੇ ਜੀ ਤਸੱਲੀ ਆ ਪੂਰੀ ਤੁਹਾਡੀ ਬਹੁਤ ਬਹੁਤ ਮੁਬਾਰਕ ਤਾਂ ਮੇਰੇ ਸਾਰੇ ਵੀਰਾਂ ਦਾ ਆਪਣੇ ਯੂਟਿਊਬ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਅਤੇ ਅੱਜ ਜੋ ਤੁਹਾਨੂੰ ਸਟੋਕ ਦਿਖਾਵਾਂਗੇ ਆਪਾਂ ਅਤੇ ਜਿੱਦਾਂ ਮੇਰੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਕਿ ਭਾਅ ਜੀ ਯਾਰ ਜੋ ਕਿ ਕਾਰਾਂ ਆਪਾਂ ਨੂੰ ਸ਼ੋਰੂਮ ਦੇ ਵਿੱਚੋਂ ਨਹੀਂ ਮਿਲਦੀਆਂ ਸੋ ਸ਼ੋਰੂਮ ਦੇ ਵਿੱਚੋਂ ਨਹੀਂ ਕਾਰਾਂ ਮਿਲਦੀਆਂ ਤਾਂ ਵੇਟਿੰਗ ਕਰਨੀ ਪੈਂਦੀ ਹੈ ਜੀ ਸੋ ਅੱਜ ਮੈਂ ਤੁਹਾਡਾ ਆਪਣਾ ਦੋਸਤ ਦੀਪਕ ਜੋ ਤੁਹਾਨੂੰ ਵੀਡੀਓ 'ਚ ਦਿਖਾਊਂਗਾ ਨਾ ਸੋ ਵੀਡੀਓ ਦੇ ਵਿੱਚ ਕਾਰਾਂ ਹੀ ਸਾਰਾ ਆਪਾਂ ਜੋ ਮਹਿੰਦਰਾ ਦਾ ਪ੍ਰੋਡਕਟ ਲੈ ਕੇ ਆਏ ਹਾਂ ਕਿ ਜਿੱਦਾਂ ਆਪਣੇ ਵੀਰ ਡਿਮਾਂਡ ਕਰਦੇ ਆ ਕਿ ਐਕਸਯੂਵੀ ਦੇ ਰਿਗਾਰਡਿੰਗ ਸਕੋਰਪੀਓ ਦੇ ਰਿਗਾਰਡਿੰਗ ਔਰ ਸਪੈਸ਼ਲੀ ਜੋ ਥਾਰ ਕਾਫੀ ਟਾਈਮ ਤੋਂ ਜੋ ਵੇਟਿੰਗ ਦੇ ਵਿੱਚ ਆ ਰਹੀ ਹੈ ਔਰ ਘੱਟ ਤੋਂ ਘੱਟ ਸਾਲ ਤੋਂ ਡੇਢ ਸਾਲ ਦੀ ਵੇਟ ਕਰਨੀ ਪੈ ਜਾਂਦੀ ਹੈ ਆਪਾਂ ਨੂੰ ਸੋ ਅੱਜ ਜੋ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਕਾਰ ਦਿਖਾਵਾਂਗੇ ਸੋ ਸਾਰੀਆਂ ਜੋ ਮਹਿੰਦਰਾ ਦਾ ਪ੍ਰੋਡਕਟ ਮਿਲੂਗਾ ਤੁਹਾਨੂੰ ਔਰ ਉਹ ਸਪੈਸ਼ਲੀ ਸਕੋਰਪੀਓ ਐਕਸਯੂਵੀ ਐਂਡ ਜੋ ਮਹਿੰਦਰਾ ਦੀਆਂ ਥਾਰ ਗੱਲ ਕਰਦੇ ਆਪਾਂ ਜਿੱਦਾਂ ਸਕੋਰਪੀਓ ਦੇ ਰਿਗਾਰਡਿੰਗ ਸੋ ਸਕੋਰਪੀਓ ਘੱਟ ਤੋਂ ਘੱਟ ਤੁਹਾਨੂੰ 5-6 ਕਾਰਾਂ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਔਰ ਸਾਰੇ ਮਿਕਸ ਸੈਗਮੈਂਟ ਮਿਕਸ ਵੈਰੀਐਂਟ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ ਸੋ ਜਿਹੜੇ ਮੇਰੇ ਵੀਰ ਸਭ ਤੋਂ ਪਹਿਲਾਂ ਤਾਂ ਨਵੇਂ ਆਏ ਆਪਣੇ ਚੈਨਲ 'ਤੇ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਸਭ ਤੋਂ ਪਹਿਲਾਂ ਤਾਂ ਰੈੱਡ ਬਟਨ ਨੂੰ ਪ੍ਰੈਸ ਕਰਕੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਉਹਦੇ ਨਾਲ ਬੈਲ ਨੋਟੀਫਿਕੇਸ਼ਨ ਦਾ ਬਟਨ ਆਊਗਾ ਜੀ ਜਿੱਦਾਂ ਕਿ ਹਰ ਵੀਰ ਨੂੰ ਪਤਾ ਰੈੱਡ ਬਟਨ ਨੂੰ ਪ੍ਰੈਸ ਕਰਦੇ ਸਾਰ ਬੈਲ ਨੋਟੀਫਿਕੇਸ਼ਨ ਦਾ ਬਟਨ ਨੂੰ ਦਬਾਓਗੇ ਤਾਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੂਗੀ ਜੀ ਔਰ ਤੁਸੀਂ ਦੇਖ ਸਕੋਗੇ ਸਾਡੀ ਵੀਡੀਓ ਸੋ ਵੀਡੀਓ ਦੇਖਣ ਦੇ ਨਾਲ ਨਾਲ ਸੋ ਜਿਹੜੇ ਵੀ ਮੇਰੇ ਵੀਰ ਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਔਰ ਜਿਹੜੇ ਵੀਰ ਨੂੰ ਵੀਡੀਓ ਦੇ ਵਿੱਚ ਕੋਈ ਕਾਰ ਪਸੰਦ ਆਉਂਦੀ ਆ ਸੋ ਸੇਮ ਡੇ ਪਹੁੰਚ ਕੇ ਤੁਸੀਂ ਸਾਡੇ ਕੋਲ ਜੋ ਕਾਰ ਪਰਚੇਜ਼ ਕਰ ਸਕਦੇ ਹੋ ਔਰ ਕਿਸੇ ਤਰ੍ਹਾਂ ਦੀ ਕੋਈ ਵੇਟਿੰਗ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ ਮੰਨ ਲਓ ਥਾਰ ਤੁਸੀਂ 22 ਮਾਡਲ ਥਾਰ ਚਾਹੀਦੀ ਤੁਹਾਨੂੰ ਸੋ 22 ਮਾਡਲ ਥਾਰ ਆਪਣੇ ਫੁੱਲ ਐਂਡ ਫਾਈਨਲ ਪੇਮੈਂਟ ਕਰਕੇ ਸੋ ਸੇਮ ਡੇ ਤਕਰੀਬਨ ਤੁਸੀਂ ਘੰਟੇ ਦੇ ਵਿੱਚ ਜੋ ਕਾਰ ਆਪਣੇ ਘਰ ਲਿਜਾ ਸਕਦੇ ਹੋ ਔਰ ਹੋਰ ਫੈਸਿਲਿਟੀ ਜੋ ਆਪਣੇ ਕੋਲ ਹੈਗੀ ਆ ਜਿੱਦਾਂ ਹੋਰ ਫੈਸਿਲਿਟੀ ਦੇ ਰਿਗਾਰਡਿੰਗ ਗੱਲ ਕਰਦੇ ਆ ਲੋਨ ਫੈਸਿਲਿਟੀ ਦੇ ਰਿਗਾਰਡਿੰਗ ਕਿ ਕਈ ਵਾਰ ਆਪਣਾ ਵੀਰ ਕਹਿੰਦੇ ਯਾਰ ਆਪਾਂ ਨੂੰ ਥੋੜ੍ਹਾ ਬਹੁਤਾ ਚਲੋ ਲੋਨ ਵੀ ਕਰਵਾਉਣਾ ਸੋ ਲੋਨ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਆ ਡਾਊਨ ਪੇਮੈਂਟ ਕੋਈ 20% ਜਾਂ 30% ਕਰਕੇ ਬਾਕੀ ਤੁਸੀਂ 70-80% ਤੱਕ ਬੈਨੀਫਿਟ ਜੋ ਲੈ ਸਕਦੇ ਹੋ ਇੱਕ ਯੂਜ਼ਡ ਕਾਰ ਦੇ ਉੱਪਰ ਲੋਨ ਕਰਵਾਉਣ ਦਾ ਉਹ ਵੀ ਬੈਂਕ ਦੇ ਥਰੂ ਕੋਈ ਇਹ ਨਹੀਂ ਹੈ ਕਿ ਪ੍ਰਾਈਵੇਟ ਫਾਈਨੈਂਸਰ ਆਪਣੇ ਕੋਲ ਬੈਠੇ ਇੱਦਾਂ ਦਾ ਕੁਛ ਨਹੀਂ ਬੈਂਕ ਹੀ ਆਪਣੇ ਕੋਲ ਬੈਠੇ ਆ ਜੀ ਬੈਂਕ ਤੋਂ ਹੀ ਆਪਾਂ ਲੋਨ ਕਰਵਾ ਕੇ ਦੇਈਦਾ ਜਿੱਦਾਂ HDFC ਬੈਂਕ ਹੋ ਗਈ ਕੋਟਕ ਮਹਿੰਦਰਾ ICICI ਇੱਦਾਂ ਦੀਆਂ ਕਾਫੀ ਸਾਰੀਆਂ ਬੈਂਕ ਆਪਣੇ ਕੋਲ ਅਵੇਲੇਬਲ ਹੈ ਔਰ ਤੁਸੀਂ ਬੈਂਕ ਦੇ ਥਰੂ ਆਪਣਾ ਜੋ ਲੋਨ ਕਰਵਾ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਮੇਰੇ ਜਿੱਦਾਂ ਕਿ 22 ਮਾਡਲ ਥਾਰ 21 ਮਾਡਲ ਥਾਰ ਸਕੋਰਪੀਓ 19-20 ਮਾਡਲ ਟੌਪ ਮਾਡਲ ਦੇ ਵਿੱਚ S11 ਵੈਰੀਐਂਟ ਇੱਦਾਂ ਦੀਆਂ ਹਰ ਤਰ੍ਹਾਂ ਦੀਆਂ ਕਾਰਾਂ ਐਕਸਯੂਵੀ ਦੇ ਰਿਗਾਰਡਿੰਗ ਸਪੈਸ਼ਲ ਡਿਮਾਂਡ ਆ ਰਹੀ ਸੀ ਕਿ ਆਟੋਮੈਟਿਕ ਵਰਜ਼ਨ ਵੀ ਚਾਹੀਦਾ ਆਪਾਂ ਨੂੰ ਅਤੇ ਕਾਫੀ ਵੀਰ ਜਿੱਦਾਂ ਕਿ ਮੈਨੂਅਲ ਵੈਰੀਐਂਟ ਨੂੰ ਵੀ ਪਸੰਦ ਕਰਦੇ ਆ ਸੋ ਹਰ ਤਰ੍ਹਾਂ ਦਾ ਸੈਗਮੈਂਟ ਹਰ ਤਰ੍ਹਾਂ ਦਾ ਸਟਾਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਸਪੈਸ਼ਲੀ ਮਹਿੰਦਰਾ ਦਾ ਪ੍ਰੋਡਕਟ
ਤੁਸੀਂ ਗੂਗਲ ਦੇ ਉੱਪਰ ਵੀ ਸਰਚ ਕਰਕੇ ਸਾਡੇ ਕੋਲ ਪਹੁੰਚ ਸਕਦੇ ਹੋ। ਬਾਕੀ ਹੋਰ ਜਿਹੜੇ ਮੇਰੇ ਵੀਰ ਨੂੰ ਨਹੀਂ ਗੂਗਲ ਦੇ ਰਿਗਾਰਡਿੰਗ ਇਨਫੋਰਮੇਸ਼ਨ, ਜਲੰਧਰ ਵਿਜ਼ਿਟ ਕਰਨਾ ਜੀ, ਮੰਨ ਲਓ ਤੁਸੀਂ ਕਿਸੇ ਵੀ ਸਾਈਡ ਤੋਂ ਮੋਗੇ ਸਾਈਡ ਤੋਂ ਆ ਰਹੇ ਆ ਜਾਂ ਲੁਧਿਆਣੇ ਤੋਂ, ਤੁਸੀਂ ਜਲੰਧਰ ਪਹਿਲਾਂ ਵਿਜ਼ਿਟ ਕਰੋਗੇ। ਜਲੰਧਰ ਵਿਜ਼ਿਟ ਕਰਕੇ ਜਲੰਧਰ ਤੋਂ ਪਠਾਨਕੋਟ ਬਾਈਪਾਸ ਤੋਂ ਤੁਸੀਂ ਮੁੜਨਾ, ਔਰ ਨੈੱਟ 22-23 ਕਿਲੋਮੀਟਰ ਅੱਗੇ ਆਪਣਾ ਜੋ ਸ਼ੋਰੂਮ ਆ ਜੀ ਭੋਗਪੁਰ ਭੰਡਾਰੀ ਕਾਰ ਬਾਜ਼ਾਰ, ਔਰ ਤੁਸੀਂ ਇੱਥੇ ਪਹੁੰਚ ਕੇ ਸਾਡੇ ਕੋਲ ਜੋ ਹਰ ਤਰ੍ਹਾਂ ਦਾ ਸਟੋਕ ਪਰਚੇਜ਼ ਕਰ ਸਕਦੇ ਹੋ। ਵੀਡੀਓ ਦੇ ਵਿੱਚ ਦਿਖਾਈਆਂ ਗਈਆਂ ਕਾਰਾਂ ਦੇ ਨਾਲ ਨਾਲ ਹੋਰ ਵੀ ਸਾਡੇ ਕੋਲ ਕਾਫੀ ਸਾਰਾ ਸਟੋਕ ਹੁੰਦਾ ਜੀ, ਸੋ ਉਹਨਾਂ ਦੇ ਵਿੱਚ ਵੀ ਤੁਸੀਂ ਅਪਡੇਟ ਲੈਣ ਲਈ ਸਾਡਾ ਕੈਟਲੋਗ ਵਾਲਾ ਨੰਬਰ ਆ 9870804861 ਨੀਚੇ ਤੁਹਾਨੂੰ ਹੈਂਡਲ ਦੇ ਵਿੱਚ ਮੈਂਸ਼ਨ ਕਰ ਦੇਣਾ। ਇਹਦੇ ਵਿੱਚ ਜਾ ਕੇ ਤੁਸੀਂ ਸਾਡਾ ਵਟਸਐਪ ਖੋਲ੍ਹਣਾ, ਵਟਸਐਪ ਖੋਲ੍ਹ ਕੇ ਉਹਦੇ ਉੱਪਰ ਇੱਕ ਛੋਟਾ ਜਿਹਾ ਕੈਟਲੋਗ ਵਾਲਾ ਆਪਸ਼ਨ ਦਿੱਤਾ ਹੋਇਆ ਕਾਲਿੰਗ ਵਾਲੇ ਆਪਸ਼ਨ ਦੇ ਨਾਲ, ਉਹਦੇ ਵਿੱਚ ਜਾ ਕੇ ਸਾਡਾ ਸਾਰਾ ਸਟੋਕ ਲਿਸਟ ਚੈੱਕ ਕਰ ਸਕਦੇ ਹੋ, ਔਰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਸਾਡੇ ਐਂਡ ਇੰਸਟਾਗ੍ਰਾਮ ID ਵੀ ਮੈਂਸ਼ਨ ਕੀਤੀ ਹੋਈ ਆ, ਉਹਦੇ ਉੱਪਰ ਜਾ ਕੇ ਤੁਸੀਂ ਸਾਨੂੰ ਫੋਲੋ ਕਰਕੇ ਕੋਈ ਵੀ ਮੈਸੇਜ ਕਰਕੇ ਆਪਣਾ ਕੋਈ ਇਨਕੁਆਇਰੀ ਹੁੰਦੀ ਆ ਸੋ ਤੁਸੀਂ ਲੈ ਸਕਦੇ ਹੋ ਜੀ। ਬਾਕੀ ਕਰਦੇ ਵੀਡੀਓ ਨੂੰ ਸਟਾਰਟ, ਔਰ ਦਿੰਦੇ ਤੁਹਾਨੂੰ ਇਨਫੋਰਮੇਸ਼ਨ ਆਪਾਂ ਕਿਹੜੀ ਕਿਹੜੀ ਨਵੀਂ ਕਾਰ ਆਈ ਹੈ। ਸੋ ਲਓ ਵੀ ਦੋਸਤੋ, ਅਤੇ ਇਹ ਹੈ ਜੀ XUV ਜੋ ਆਪਣੇ ਵੀਰ ਟੋਪ ਐਂਡ ਮਾਡਲ ਲੱਭਦੇ ਆ, ਜਿੱਦਾਂ ਆਪਾਂ ਲੈ ਕੇ ਆਏ ਹਾਂ ਸਨਰੂਫ ਵਾਲਾ ਵੈਰੀਐਂਟ ਆ ਜੀ, ਇਹ ਪੁਸ਼ਪਣ ਸਟਾਰਟ ਵਾਲਾ ਮਾਡਲ 2017 ਮਾਡਲ XUV500 WU9 ਵੈਰੀਐਂਟ ਆ, ਔਰ ਇਹਦੇ ਵਿੱਚ ਜਿੱਦਾਂ ਆਪਾਂ ਕਿ ਕੀਲੈਸ ਐਂਟਰੀ ਆ ਜਾਂਦੀ ਹੈ ਆਪਾਂ ਨੂੰ, ਪੁਸ਼ਪਣ ਸਟਾਰਟ ਵਾਲਾ ਮਾਡਲ ਆ ਜੀ ਇਹ, ਸਟੀਅਰਿੰਗ ਕੰਟਰੋਲ, ਕਰੂਜ਼ ਮੋਡ, ਆਲ ਫੀਚਰ ਜੋ ਆਪਾਂ ਨੂੰ ਮਿਲ ਜਾਂਦੇ ਇਹਦੇ ਵਿੱਚ, ਔਰ ਲੈਦਰ ਦੇ ਸੀਟ ਕਵਰ ਜੋ ਐਕਸਟਰਾ ਲੱਗੇ ਹੋਏ ਆ ਜੀ, ਔਰ ਇਹ ਸਿਰਫ ਤੋਂ ਸਿਰਫ 48,000 ਕਿਲੋਮੀਟਰ ਕਾਰ ਚੱਲੀ, ਸਨਰੂਫ ਵਾਲਾ ਵੈਰੀਐਂਟ 48,000 ਚੱਲੀ, ਔਰ ਨੀਚੇ ਲੈਗ ਗਾਰਡ ਵੀ ਲੱਗੇ ਹੋਏ ਆ ਅਲੋਏ ਟਾਇਰ ਜੋ ਕੰਪਨੀ ਦੇ, 17 ਮਾਡਲ ਦੇ ਨਾਲ ਦੇ ਜੋ 5 ਟਾਇਰ ਸਟੈਪਨੀ ਬਿਲਕੁਲ ਅਨਯੂਜ਼, ਔਰ ਇਹ ਦੇਖ ਸਕਦੇ ਹੋ ਤੁਸੀਂ 2017 ਮਾਡਲ ਦਾ ਜੋ ਮਾਰਕਾ ਵੀ ਇਕੱਲੇ ਇਕੱਲੇ ਟਾਇਰ ਦੇ ਉੱਪਰ ਮੈਂਸ਼ਨ ਆ ਜੀ, ਔਰ ਸਾਰੇ ਟਾਇਰ ਜੋ ਕਾਰ ਦੇ ਨਾਲ ਦੇ ਆ 2017 ਮਾਡਲ WU9 ਵੈਰੀਐਂਟ XUV500 PV10 ਲੋਕਲ ਲੁਧਿਆਣੇ ਦਾ ਨੰਬਰ, ਕਿਸੇ ਵੀਰ ਨੇ ਰਿਕਾਰਡ ਚੈੱਕ ਕਰਨਾ ਹੋਵੇ ਤਾਂ ਨੰਬਰ ਨੋਟ ਕਰ ਸਕਦੇ ਹੋ PV10 GR7242, ਔਰ ਬੈਕ ਕੈਮਰਾ ਐਂਡ ਬੈਕ ਸੈਂਸਰ ਜੋ ਕੰਪਨੀ ਫਿਟਡ ਹੈ ਜੀ ਆਪਾਂ ਨੂੰ ਮਿਲਦਾ ਕੰਪਨੀ ਦਾ। ਸੋ ਬੋਡੀ ਲਾਈਨ ਜੀ ਫੁੱਲ ਜੈਨੂਅਨ ਔਰ ਨਵੀਨ ਕੌਰ ਕਾਰ, ਬਹੁਤ ਘੱਟ ਚੱਲੀ ਸਿਰਫ ਅਤੇ ਸਿਰਫ 48,000, 5 ਟਾਇਰ ਜੋ ਕਾਰ ਦੇ ਨਾਲ ਦੇ, ਔਰ ਫੁੱਲ ਇੰਸ਼ੋਰੈਂਸ ਹੈ ਜੀ ਕਾਰ ਦੀ 17-4-2023 ਤੱਕ, 17-1-2023 ਤੱਕ ਸੋਰੀ ਫੁੱਲ ਇੰਸ਼ੋਰੈਂਸ ਆ ਕਾਰ ਦੀ ਅਗਲੇ ਸਾਲ ਤੱਕ। ਅਤੇ ਦੋਸਤੋ ਇਹ ਤੁਹਾਨੂੰ ਆਪਾਂ ਕਾਰ ਦੇ ਦਾਂਗੇ ਜੀ ਨੈੱਟ 13 ਲੱਖ ਅਤੇ 55,000 ਰੁਪਏ ਦੀ 2017 XUV500 WU9 ਸਨਰੂਫ ਵਾਲਾ ਮਾਡਲ ਜੀ, ਔਰ ਬਹੁਤ ਵਧੀਆ ਟੋਟਲੀ ਕਾਰ ਜੈਨੂਅਨ ਦੀ ਫੁੱਲ ਗਰੰਟੀ। ਅਤੇ ਹੁਣ ਇਹ ਜੀ XUV ਇਹ ਸਭ ਤੋਂ ਟੋਪ ਐਂਡ ਮਾਡਲ, ਜਿੱਦਾਂ ਕਿ ਪਹਿਲਾਂ ਤੁਹਾਨੂੰ WU9 ਵੈਰੀਐਂਟ ਦਿਖਾਇਆ, ਸੋ ਇਹ WU11 ਆਟੋਮੈਟਿਕ ਵਰਜਨ ਦੇ ਵਿੱਚ ਆਪਾਂ ਲੈ ਕੇ ਆਏ ਹਾਂ, ਜਿਹਦੇ 'ਚ ਤੁਸੀਂ ਪ੍ਰੋਜੈਕਟਰ ਲੈਂਪ ਚੈੱਕ ਕਰ ਸਕਦੇ ਹੋ, ਨੀਚੇ ਫੋਗ ਲੈਂਪ ਵਗੈਰਾ, ਔਰ ਇਹ ਨਵੀਂ ਗ੍ਰਿਲ ਵਾਲੀ ਆ, ਮਤਲਬ ਜਿੱਦਾਂ ਲਾਈਟਸ ਚੇਂਜ ਹੋ ਗਈਆਂ ਸੀਗੀਆਂ 18 ਦੇ ਵਿੱਚ ਆ ਕੇ। ਸੋ PV08 ਲੋਕਲ ਜੋ ਜਲੰਧਰ ਦਾ ਨੰਬਰ 3165 ਨੰਬਰ ਲੱਗਾ ਹੋਇਆ ਕਾਰ ਨੂੰ, ਔਰ ਸਭ ਤੋਂ ਟੋਪ ਐਂਡ ਮਾਡਲ ਆ ਜੀ ਇਹ, ਅਲੋਏ ਵੀਲ ਤੁਸੀਂ ਚੈੱਕ ਕਰ ਸਕਦੇ ਹੋ ਡਾਇਮੰਡ ਕੱਟ ਅਲੋਏ, ਚਾਰੋਂ ਟਾਇਰ ਜੋ ਨਵੇਂ ਕਾਰ ਦੇ 2018 ਮਾਡਲ ਆ ਜੀ, ਕੀਲੈਸ ਐਂਟਰੀ, ਲੈਦਰ ਦੀਆਂ ਜੋ ਸੀਟਸ ਆ ਇਲੈਕਟ੍ਰੋਨਿਕ ਸੀਟਸ ਆ ਜਿਹਦੀਆਂ 70 ਮੈਟ ਤੱਕ, ਆਲ ਅਸੈਸਰੀ ਫੁੱਲ ਜੋ ਕਾਰ ਨੂੰ ਜਿੱਦਾਂ ਸ਼ੋਰੂਮ ਦੇ ਵਿੱਚੋਂ ਹੀ ਸਭ ਕੁਛ ਇੰਟੀਰੀਅਰ ਜੋ ਲੈਦਰ ਦਾ ਹੁੰਦਾ, ਸੋ ਤਾਂ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ, ਲੈਦਰ ਦਾ ਸਾਰਾ ਇੰਟੀਰੀਅਰ ਹੈ ਜੀ ਕਾਰ ਦਾ, 70 ਮੈਟ ਆਟੋਮੈਟਿਕ ਵਰਜਨ, ਪੁਸ਼ਪਣ ਸਟਾਰਟ, ਸਨਰੂਫ ਵਾਲਾ ਮਾਡਲ ਜੀ, ਔਰ ਜੋ ਸਾਰੀਆਂ ਸੀਟਸ ਜੋ ਲੈਦਰ ਦੀਆਂ ਆਉਂਦੀਆਂ ਕਾਰ ਦੀਆਂ, ਆਲ ਇੰਟੀਰੀਅਰ ਡੈਸ਼ਬੋਰਡ ਤੱਕ ਵੀ ਲੈਦਰ ਦਾ, ਸੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ, ਟੋਟਲੀ ਬੰਪਰ ਟੂ ਬੰਪਰ ਫੁੱਲ ਓਰੀਜਨਲ ਕਾਰ ਦੀ ਗਰੰਟੀ, ਔਰ ਚਾਰੋਂ ਟਾਇਰ ਜੋ ਕਾਰ ਦੇ ਨਵੇਂ ਯੋਕੋਹਾਮਾ ਦਾ ਟਾਇਰ, ਔਰ ਇਹ ਸਿਰਫ ਅਤੇ ਸਿਰਫ 27,000 ਕਿਲੋਮੀਟਰ ਕਾਰ ਚੱਲੀ ਹੈ ਆਟੋਮੈਟਿਕ ਵਰਜਨ ਦੇ ਵਿੱਚ, WU11 ਟੋਪ ਐਂਡ ਮਾਡਲ ਲੋਕਲ ਜਲੰਧਰ ਦਾ ਨੰਬਰ ਹੈ ਜੀ PV08 XUV500, ਔਰ ਇਹ ਲਾਈਟਸ ਤੁਸੀਂ ਚੈੱਕ ਕਰ ਸਕਦੇ ਹੋ, ਜਿੱਦਾਂ ਕਿ ਪਹਿਲਾਂ ਕਾਰ ਦੀਆਂ ਲਾਈਟ ਚੈੱਕ ਕੀਤੀਆਂ ਬੈਕ ਲਾਈਟ, ਇਹ ਸ਼ੇਪ ਜੋ ਚੇਂਜ ਹੋ ਚੁੱਕੀ ਸੀ ਕਾਰ ਦੀ, ਇਹ 2018 ਮਾਡਲ, ਔਰ ਟੋਟਲੀ ਬੰਪਰ ਟੂ ਬੰਪਰ ਫੁੱਲ ਜੈਨੂਅਨ ਕਾਰ ਦੀ ਗਰੰਟੀ ਹੈ ਜੀ ਕਾਰ ਦੀ। ਅਤੇ ਦੋਸਤੋ ਇਹ ਤੁਹਾਨੂੰ ਆਪਾਂ ਕਾਰ ਦੇ ਦਾਂਗੇ ਜੀ ਨੈੱਟ 15 ਲੱਖ ਅਤੇ 25,000 ਰੁਪਏ ਦੀ 2018 WU11 ਆਟੋ, ਸਭ ਤੋਂ ਟੋਪ ਐਂਡ ਮਾਡਲ ਜੀ। ਚਲੋ ਜੀ ਦੋਸਤੋ, ਇਹ ਹੁਣ ਸਕੋਰਪੀਓ ਜੋ ਆਪਾਂ ਲੈ ਕੇ ਆਏ ਹਾਂ, ਅਤੇ ਜੋ 2 ਸਕੋਰਪੀਓ ਆਪਾਂ ਤੁਹਾਨੂੰ ਇਹ ਬ੍ਰੈਂਡ ਨਿਊ ਕਾਰ ਆ, ਅਤੇ ਬਾਕੀ ਹੋਰ ਵੀ ਆਟੋਮੈਟਿਕ ਵਰਜਨ ਦੇ ਵਿੱਚ ਵੀ ਹੈਗੀਆਂ, ਤੁਹਾਨੂੰ ਉਹਨਾਂ ਬਾਰੇ ਵੀ ਆਪਾਂ ਡਿਟੇਲ ਫੁੱਲ ਦੇਵਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹ ਜੋ ਸਕੋਰਪੀਓ S11 ਟੋਪ ਮਾਡਲ ਆ, PV29 ਮੋਗੇ ਦਾ ਨੰਬਰ, 9,865 ਨੰਬਰ ਲੱਗਾ ਹੋਇਆ ਜੀ ਕਾਰ ਨੂੰ, ਔਰ ਬਹੁਤ ਵਧੀਆ ਟੋਟਲੀ ਸਾਰੀ ਕਾਰ ਜੈਨੂਅਨ ਦੀ ਫੁੱਲ ਗਰੰਟੀ ਹੈ ਜੀ, ਸਿਰਫ ਅਤੇ ਸਿਰਫ 18,000 ਕਿਲੋਮੀਟਰ ਕਾਰ ਚੱਲੀ, ਔਰ ਇਹ ਸਭ ਤੋਂ ਟੋਪ ਮਾਡਲ S11, ਜਿੱਦਾਂ ਕਿ ਹਰ ਵੀਰ ਨੂੰ ਪਤਾ ਹੀ ਆ ਕਿ ਇਹਦੇ ਵਿੱਚ ਜੋ ਨੈਵੀਗੇਸ਼ਨ ਸਿਸਟਮ ਆ ਜਾਂਦਾ ਕੰਪਨੀ ਦੇ, ਜੋ ਬੈਕ ਕੈਮਰਾ ਜੋ ਫਿਟਡ ਆ ਜਾਂਦਾ ਜੀ ਉਹ,
और जो बहुत वधिया कंडीशन कैप्टन सीट वाली कार 2019 मॉडल स्कॉर्पियो S11 टॉप एंड मॉडल जी, और नीचे कार दे जो लैदर की मैटिंग भी A to Z सारी हुई है जी, और टोटली कार बंपर टू बंपर फुल जेनुअन दी फुल गरंटी है जी। MRF दे जो कार नूं टायर लगे आ कंपनी दे लाए स्कॉर्पियो महिंद्रा दी माइक्रो हाइब्रिड जो मॉडल है जी, मतलब S11 टॉप मॉडल, और कि तुसी ट्रैफिक लाइट ते रुकदे आ तो ऑटोमैटिक बंद हो जाती है क्लच नप के ऑटोमैटिक स्टार्ट, और सारी कार ओरिजिनल दी फुल गरंटी है जी। 2019 मॉडल सिर्फ तो सिर्फ 18-19 हज़ार किलोमीटर कार चली और बॉडी लाइन फुल जेनुअन की पूरी गरंटी, टोटली बंपर टू बंपर फुल जेनुअन है जी। जिस आपको प्रोजेक्टर लैंप तक भी मिल जाते हैं S11 सब तो टॉप मॉडल, और 14-10-2022 तक कार की फुल इंश्योरेंस है दोस्तों। ये तुम आप दे देंगे जी नैट 18,30,000 रुपए की 2019 मॉडल स्कॉर्पियो S11 सब तो टॉप एंड मॉडल जी। हूँ ये जी स्कॉर्पियो जिदा कि पहला 19 मॉडल दिखाई है जी, सो ये 20 मॉडल लैके आए आप, ब्रैंड न्यू कार सिर्फ तो सिर्फ 4500 किलोमीटर कार चली, 4500 का मतलब हजे तक कार की जो चैकअप तक भी नहीं होया, 5000 वाला और 10000 वाली सर्विस जो पेंडिंग आ, तुम शोरूम चो जाके फ्री ऑफ कोस्ट करवा सकते हो, और जिदा शोरूम चो कार लैनी सेम उस कंडीशन के और लैदर के सीट कवर अपने वीर ने जिदा कि जो लैदर दीट्स जिदा ये सब कुछ हैगा जी, बिल्कुल नैक्सट टू शोरूम नवीन कौर कार, और जो जिदा कि पहला दस्या तुहानू क्रूज मोड वगैरह कंपनी का जो टच प्लेयर ऑटो क्लाइमेट टैंपरेचर और ये नैविगेशन सिस्टम सब कुछ आता। सो पहला कैप्टन सीट्स वाली सी, ये तुहानू बैड सीट वाली आप दिखा रहे हैं जी, ये 20 मॉडल आ सिर्फ तो सिर्फ 4500 किलोमीटर कार चली और ब्रैंड न्यू कार जिदा शोरूम चो कार लैनी है जी, 5 टायर जो कार दे नाल दे आ ब्रिजस्टोन दे S11 वेरियंट PV06 गुरदासपुर का नंबर है जी, बैक कैमरा बैक सेंसर जो कंपनी फिटेड आपको मिलता है ये, और कितने बंपर तक भी कोई कलम का निशान तक नहीं है, सारी कार ओरिजिनल की फुल गरंटी, जिदा का भी मेरा वीर की कहूगा आपको रिटर्न के चाहिए और रिटर्न तक भी आप लिख के देवे अपने वीर न, और हर वीर में जिदा कि पता ही है स्कॉर्पियो की वेटिंग चल रही है शोरूम के, बट अपने कोई वेटिंग नहीं सिर्फ तो सिर्फ 4500 किलोमीटर कार चली, और दोस्तों आप तुम कार दे देंगे जी 19,60,000 रुपए की 2020 स्कॉर्पियो S11 टॉप एंड मॉडल नैक्सट टू शोरूम कार जी। सो यह जी महिंद्रा की थार, जिदा तुम्हें क्या महिंद्रा का प्रोडक्ट तुम आप वीडियो दिखावे, सो महिंद्रा दी जो अपने को 3 थार इस टाइम फिलहाल जो अवेलेबल है जी तुम चैक कर सकते हो। सो पहले आप गल करते ऑटोमैटिक रिगार्डिंग, ये 2022 मॉडल आ और सीधी डायरैक्ट शोरूम चो अपने को पहुंची है जी कार, ब्रैंड न्यू सारी कार ओरिजिनल की गरंटी आ, कार की कोई सिफत करनी नहीं बनती क्योंकि हर वीर पता ही है कि जिदा शोरूम चो कार लैन जाइए सेम उस कंडीशन कार आ जी ये, और ब्रैंड न्यू कार ऑटोमैटिक वेरियंट के जी ये, तो दोस्तों ये तुम उपकार देंगे जी नैट 19,10,000 रुपए की, ब्लैक कलर के 2022 मॉडल थार हार्ड टॉप ऑटोमैटिक जी। सो इस दिन आप गल करते हैं मैनुअल की, ये भी 2022 मॉडल मैनुअल वेरियंट, ये भी डायरैक्ट शोरूम चो अपने को पहुंची है सिर्फ तो सिर्फ 90 किलोमीटर कार चली है जी, तो ब्रैंड न्यू कार है भी, तो यदि आप प्राइस की गल करते हैं ये तुम उपकार देंगे जी नैट 17,30,000 रुपए की, तुम दे सकते हो मीटर रीडिंग भी कार दी जो सिर्फ तो सिर्फ जो तकरीबन 100 किलोमीटर के नियर अबाउट कार चली है जी, 97 किलोमीटर कार चली और डायरैक्ट शोरूम के ही आप जो लैके आए हैं कार। सो ये भी 2022 मॉडल सिल्वर कलर के जी ये, सो इस आप गल कर ब्लैक कलर जे मेरे वीर शौकीन आ ब्लैक कलर दी, सो ये ब्लैक कलर आ 2021 मॉडल और ये भी ब्रैंड न्यू कार मैनुअल ट्रांसमिशन के, तो ये तुम आप कर देंगे जी 17,10,000 रुपए की 2021 मॉडल ब्लैक कलर की मैनुअल ट्रांसमिशन, मतलब 3 थार अपने को जो फिलहाल अवेलेबल आ, तुसी किसी भी टाइम पहुँच के साडे कोल परचेज कर सकते हो, 2 मैनुअल आ जी, 1 ऑटोमैटिक आ 22 मॉडल ऑटोमैटिक, 22 मॉडल मैनुअल एंड 21 मॉडल जो मैनुअल ट्रांसमिशन दे विच ब्लैक कलर की हैगी। सत श्री अकाल जी, तो मुबारक मेरे वीर नू कि अपने को अज जो स्कॉर्पियो कार परचेज की है जी, तो बाकी सारी फैमिली नू भी नाल, तो बहुत बहुत मुबारक जी तुहानू सब पहला तां, तो पुछदे आ भाजी तो कि जगह तो आए और पता कि चलिया सी जी साडे रिगार्डिंग। सत श्री अकाल भीरे जी, असीं भाजी मोगे तो आए हैं कोरे वाले तो, ठीक है जी, हाँ जी, तो यूट्यूब पर वीडियो वेखी सी तुहाडी, ठीक है, असीं कल ही वेखी सी जी, बिल्कुल अज आ गए, तो किहड़ा मॉडल तुसीं परचेज किया है? असीं 2021 मॉडल, 2021 किदां दी लगी तुहानू कार इत्थे पहुँच के? कार बहुत वधिया लगी, जिदा यूट्यूब पर वेखी उदू वधिया ही लगी,
ਬਿਲਕੁਲ ਜੀ ਹਾਂਜੀ ਤੇ ਜਿੱਦਾਂ ਮੰਨ ਲਓ ਹੋਰ ਸਾਡੀਆਂ ਵੀਡੀਓਜ਼ ਤੁਸੀਂ ਦੇਖਦੇ ਹੋਗੇ ਹੈ ਨਾ ਕਿ ਕਿੱਦਾਂ ਦੀਆਂ ਸਾਡੀਆਂ ਕਾਰਾਂ ਹੁੰਦੀਆਂ ਕਾਰਾਂ ਬਹੁਤ ਵਧੀਆ ਹੁੰਦੀਆਂ ਵਾ ਸਾਰਾ ਜੀਨੀਅਨ ਮਾਨ ਮਤਲਬ ਵਧੀਆ ਹੁੰਦੀਆਂ ਵਾ ਕੋਈ ਐਕਸੀਡੈਂਟਲ ਕਾਰ ਨਹੀਂ ਹੁੰਦੀ ਬਿਲਕੁਲ ਜ਼ਰੂਰ ਪਹੁੰਚੋ ਸਾਰੇ ਵੀਰ ਬਿਲਕੁਲ ਜੀ ਅਤੇ ਤੁਹਾਨੂੰ ਇੱਥੇ ਆ ਕੇ ਪਹੁੰਚ ਕੇ ਕਾਰ ਦੀ ਗਰੰਟੀ ਵਰੰਟੀ ਮਿਲੀ ਹੈ ਹਾਂਜੀ ਹਾਂਜੀ ਕਿੱਦਾਂ ਦੀ ਗਰੰਟੀ ਵਰੰਟੀ ਮਿਲੀ ਹੈ ਜੀ ਸਾਨੂੰ ਕਾਰ ਦੀ ਪੂਰੀ ਗਰੰਟੀ ਮਿਲੀ ਹੈ ਜੇ ਕੋਈ ਵੀ ਖਰਾਬੀ ਆਉਂਦੀ ਹੈ ਇਹ ਤੁਸੀਂ ਕਿਹਾ ਵਾ ਵੀ ਇੱਥੇ ਖੜਾ ਜਾਓ ਬਿਲਕੁਲ ਕੋਈ ਕਾਰ ਲੱਗੀ ਵੱਜੀ ਐਕਸੀਡੈਂਟ ਜਾਂ ਕੋਈ ਮੀਟਰ ਬੈਗ ਕਿਸੇ ਤਰ੍ਹਾਂ ਦੀ ਵੀ ਕੋਈ ਹੋਵੇ ਤਾਂ ਹਰ ਚੀਜ਼ ਦੀ ਗਰੰਟੀ ਵਰੰਟੀ ਹੈ ਹਾਂਜੀ ਹਾਂਜੀ ਬਿਲਕੁਲ ਅਤੇ ਹੋਰ ਆਪਾਂ ਨੂੰ ਡੀਲ ਕਰਨ ਦੇ ਵਿੱਚ ਕਿੰਨਾ ਕੁ ਟਾਈਮ ਲੱਗਾ ਡੀਲ ਕਰਨ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਵੀਰੇ ਹਾਂਜੀ ਹਾਂਜੀ ਬਾਕੀ ਸਟਾਫ ਵੀ ਵਧੀਆ ਇੱਥੋਂ ਦਾ ਬਿਲਕੁਲ ਅਤੇ ਤਸੱਲੀ ਹੈ ਜੀ ਤੁਹਾਡੀ ਹਾਂਜੀ ਪੂਰੀ ਚਲੋ ਬਾਕੀ ਅੰਕਲ ਜੀ ਤੋਂ ਪੁੱਛਦੇ ਹਾਂ ਕਿ ਕਿੱਦਾਂ ਦਾ ਰਿਵਿਊਜ਼ ਅੰਕਲ ਜੀ ਅਤੇ ਔਰ ਕੀ ਕਹਿਣਾ ਚਾਹੁੰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਬਿਲਕੁਲ ਔਰ ਤੁਸੀਂ ਯੂਟਿਊਬ 'ਤੇ ਵੀਡੀਓ ਦੇਖੀ ਸੀ ਹਾਂਜੀ 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 ਇੱਥੇ ਪਹੁੰਚੇ ਅਤੇ ਤੁਹਾਨੂੰ ਕਿੱਦਾਂ ਦਾ ਲੱਗਾ ਜੀ ਇੱਥੇ ਪਹੁੰਚ ਸਾਨੂੰ ਬਹੁਤ ਵਧੀਆ ਲੱਗਿਆ ਬਿਲਕੁਲ ਇੱਕ ਕਾਰ ਨਵੀਂ ਖਰੀਦਣ ਆਏ ਆ ਔਰ ਨਵੀਂ ਕਾਰ ਦੀ ਫੀਲਿੰਗ ਇੱਕ ਕਹਿ ਸਕਦੇ ਮਿਲੀ ਹੈ ਜੀ ਪੂਰੀ ਤੁਹਾਨੂੰ ਹਾਂਜੀ 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 ਬਹੁਤ ਵਧੀਆ ਬਿਲਕੁਲ ਇੱਧਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਇਹ ਕਹਿਣਾ ਚਾਹੁੰਦੇ ਬਹੁਤ ਵਧੀਆ ਇੱਥੇ ਆਏ ਹਾਂ ਹਾਂਜੀ ਬਹੁਤ ਵਧੀਆ ਲੱਗਾ ਸਾਨੂੰ ਸਾਰਾ ਸਟਾਫ ਬਹੁਤ ਵਧੀਆ ਲੱਗਾ ਬਿਲਕੁਲ ਕਾਰ ਵੀ ਬਹੁਤ ਵਧੀਆ ਲੱਗੀ ਹਾਂਜੀ ਜਿੱਦਾਂ ਤੁਸੀਂ ਕਿਹਾ ਉਦੋਂ ਵੀ ਬਿਹਤਰ ਬਹੁਤ ਸੋਹਣੀ ਲੱਗੀ ਬਿਲਕੁਲ ਹਾਂਜੀ ਹੋਰ ਵੀ ਸਾਡਾ ਤੁਸੀਂ ਸਟਾਕ ਦੇਖਿਆ ਹੋਣਾ ਕਿ ਇਕੱਲੀ ਇਹੀ ਕਾਰ ਸਾਰੇ ਦੇਖੇ ਸਾਰੇ ਘੁੰਮ ਫਿਰ ਕੇ ਸਾਰੇ ਦੇਖੇ ਬਹੁਤ ਵਧੀਆ ਲੱਗਾ ਸਟਾਕ ਵਧੀਆ ਲੱਗਾ ਜੀ ਬਹੁਤ ਵਧੀਆ ਬਹੁਤ ਵਧੀਆ ਕਾਰਾਂ ਕਿੱਦਾਂ ਦੀਆਂ ਲੱਗੀਆਂ ਬਹੁਤ ਸੋਹਣੀਆਂ ਬਿਲਕੁਲ ਹਾਂ ਹੁਣ 200-250 ਕਿਲੋਮੀਟਰ ਆਏ ਚੱਲ ਕੇ ਫਿਰ ਬਹੁਤ ਸੋਹਣੀਆਂ ਲੱਗੀ ਡੀਲ ਕਰਨ ਦਾ ਤਰੀਕਾ ਕਿੱਦਾਂ ਦਾ ਲੱਗਾ ਜਾਂ ਕਿੰਨਾ ਕੁ ਟਾਈਮ ਲੱਗਾ ਤੁਹਾਨੂੰ ਨਹੀਂ ਕੋਈ ਇੰਨਾ ਜ਼ਿਆਦਾ ਨਹੀਂ ਟਾਈਮ ਲੱਗਾ ਇੰਨਾ ਟਾਈਮ ਤਾਂ ਲੱਗ ਜਾਂਦਾ ਥੋੜ੍ਹਾ ਕਿਸੇ ਕੰਮ ਬਿਲਕੁਲ ਬਿਲਕੁਲ ਚਲ ਬਹੁਤ ਵਧੀਆ ਹਾਂਜੀ ਬਹੁਤ ਸੋ ਇਹ ਜੀ ਹੁਣ 2 ਸਕਾਰਪੀਓ ਅਤੇ ਜਿੱਦਾਂ ਆਪਾਂ ਪਹਿਲਾਂ ਆਪਾਂ ਗੱਲ ਕਰਦੇ ਆਟੋਮੈਟਿਕ ਦੇ ਰਿਗਾਰਡਿੰਗ ਕਿਹਾ ਸੀ ਨਾ ਕਿ ਆਟੋਮੈਟਿਕ ਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ ਸੋ ਇਹ ਆਟੋਮੈਟਿਕ ਆ ਜੀ 2015 ਮਾਡਲ ਸਕਾਰਪੀਓ S10 ਵੈਰੀਐਂਟ ਆ ਔਰ ਕਾਰ ਦੇ ਟਾਇਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਸੋ ਇੰਟੀਰੀਅਰ ਵਾਈਜ਼ ਗੱਲ ਕਰਦੇ ਆਪਾਂ ਆਟੋਮੈਟਿਕ ਟਰਾਂਸਮਿਸ਼ਨ ਆ ਇਹ ਔਰ ਡਰੀਵਨ ਜੋ ਚੱਲੀ ਹੈਗੀ ਸਮਥਿੰਗ ਕੋਈ 82-85,000 ਦੇ ਨੀਅਰ ਅਬਾਊਟ ਕਾਰ ਆ ਜੋ ਕਿਲੋਮੀਟਰ ਡਰੀਵਨ ਔਰ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਕਾਰ ਬਾਕੀ ਬੋਡੀ ਲਾਈਨ ਦੀ ਬਹੁਤ ਸੋਹਣੀ ਔਰ ਸਾਫ਼ ਸੁਥਰੀ ਕਾਰ 0009 ਪੇਡ ਜੋ ਨੰਬਰ ਲੱਗਾ ਹੋਇਆ PV10 ਲੁਧਿਆਣੇ ਦਾ ਬੈਕ ਕੈਮਰਾ ਐਂਡ ਬੈਕ ਸੈਂਸਰ ਜੋ ਕੰਪਨੀ ਫਿਟਡ ਆ S10 ਟੋਪ ਮਾਡਲ ਦੇ ਵਿੱਚ ਹੈ ਜੀ ਸੋ AMG ਦੇ ਅਲੋਏ ਲੱਗੇ ਔਰ ਟਾਇਰ ਬ੍ਰਿਜ ਸਟੋਨ ਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੇ ਜੋ ਟਾਇਰ ਦੀ ਕੰਡੀਸ਼ਨ ਬਹੁਤ ਵਧੀਆ ਟਾਇਰ ਜੋ ਖੜ੍ਹੇ ਆ ਜੀ ਕਾਰ ਨੂੰ S10 ਮਾਡਲ ਟੋਪ ਐਂਡ ਮਾਡਲ ਆਟੋਮੈਟਿਕ ਵਰਜਨ 0009 ਪੇਡ ਜੋ ਨੰਬਰ ਕਾਰ ਦੇ ਨਾਲ ਲੱਗਾ ਫੁੱਲ ਇੰਸ਼ੋਰੈਂਸ ਆ ਜੀ 12ਵੇਂ ਮਹੀਨੇ ਤੱਕ 2022 ਤੱਕ ਕਾਰ ਦੀ ਫੁੱਲ ਇੰਸ਼ੋਰੈਂਸ ਔਰ ਦੋਸਤੋ ਇਹ ਤੁਹਾਨੂੰ ਆਪਾਂ ਕਾਰ ਦੇ ਦਾਂਗੇ ਜੀ 12,70,000 ਰੁਪਏ ਦੀ 2015 ਮਾਡਲ ਸਕਾਰਪੀਓ S10 ਆਟੋ 0009 ਪੇਡ ਨੰਬਰ ਲੱਗਾ ਹੋਇਆ ਔਰ ਟਾਇਰ ਬਿਲਕੁਲ ਨਵੇਂ ਜੀ ਨਵਿਆਂ ਵਰਗੇ ਕਹਿ ਸਕਦੇ ਆ ਬ੍ਰਿਜ ਸਟੋਨ ਦੇ ਟਾਇਰ ਔਰ ਆਟੋਮੈਟਿਕ ਵਰਜਨ S10 ਟੋਪ ਮਾਡਲ ਜੀ ਸਕਾਰਪੀਓ 2015 ਸੋ ਇਸ ਦੇ ਨਾਲ ਆ ਜੀ ਇਹ ਸਕਾਰਪੀਓ 2017 ਮਾਡਲ ਔਰ ਅਲੋਏ ਟਾਇਰ ਬਿਲਕੁਲ ਵਧੀਆ ਕਾਰ ਦੇ ਨਵਿਆਂ ਵਰਗੇ ਕੋਂਟੀਨੈਂਟਲ ਦੇ ਟਾਇਰ ਔਰ ਜੋ ਬਿਲਕੁਲ ਬ੍ਰੈਂਡ ਨਿਊ ਜੋ ਕਾਰ ਦੇ ਅਲੋਏ ਆ ਔਰ ਲੈਦਰ ਦੇ ਸੀਟ ਕਵਰ ਬਹੁਤ ਵਧੀਆ ਐਕਸਟਰਾ ਆਪਣੇ ਵੀਰ ਨੇ ਜੋ ਬਕਟ ਫਿਟਿੰਗ ਵਾਲੇ ਲੈਦਰ ਦੇ ਸੀਟ ਕਵਰ ਫਿਟਿੰਗ ਕਰਵਾਏ ਆ ਜੀ ਔਰ ਨੀਚੇ ਕਾਰ ਦੀ ਜੋ ਲੈਦਰ ਦੀ ਮੈਟਿੰਗ ਵੀ ਹੋਈ ਆ ਸੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਵੀ S6+ ਮਾਡਲ 2017 ਮਾਡਲ ਆ ਜੀ S6+ PV03 ਬਠਿੰਡੇ ਦਾ ਨੰਬਰ ਸਕਾਰਪੀਓ ਸੋ ਫੁੱਲ ਜੋ ਕਰੋਮ ਦੀ ਗੱਲ ਕਰਦੇ ਜਿੱਦਾਂ ਕਰੋਮ ਕਿੱਟ ਵੀ ਕਾਰ ਨੂੰ ਲੱਗੀ ਹੋਈ ਆ ਅਤੇ ਇਹਦੇ ਉਸ ਤੋਂ ਆਪਾਂ ਤੁਹਾਨੂੰ ਕਾਰ ਦੇ ਦਾਂਗੇ ਜੀ 12,00,000 ਅਤੇ 40,000 ਰੁਪਏ ਦੀ 2017 ਸਕਾਰਪੀਓ S6+ ਔਰ ਫੁੱਲ ਇੰਸ਼ੋਰੈਂਸ 22/12 22/11 2022 ਤੱਕ ਕਰ ਰਹੀ ਜੀ